Aí agora ele com maiores garotos e o do Célio aí. ਮੋਗਾ ਦੇ ਪਿੰਡ ਚੰਡਿਆਣਾ 'ਚ ਮਹਿਲਾ ਦੇ ਵਾਲ ਕੱਟ ਕੇ ਅਤੇ ਉਸਦਾ ਮੂੰਹ ਕਾਲਾ ਕਰਕੇ ਪਿੰਡ 'ਚ ਘੁਮਾਉਣ ਵਾਲੇ ਪੁਲਿਸ ਮੁਲਾਜ਼ਮ ਪਤੀ ਨੂੰ ਮੋਗਾ ਪੁਲਿਸ ਨੇ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਲਿਆ ਅਤੇ ਅੱਜ ਪੁਲਿਸ ਨੇ ਉਸਨੂੰ ਅਦਾਲਤ 'ਚ ਪੇਸ਼ ਕੀਤਾ ਸੀ ਜਿਸ 'ਤੇ ਉਸਦਾ ਰਿਮਾਂਡ ਲਿਆ ਜਾਵੇਗਾ। ਇਸ ਮਾਮਲੇ ਦੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਵੀ ਮੋਗਾ ਐਸ ਐਸ ਪੀ ਤੋਂ 4 ਦਿਨ ਦੀ ਰਿਪੋਰਟ ਮੰਗੀ ਸੀ। ਉਸਦੇ ਪਹਿਲਾਂ ਵੀਡੀਓ ਦੇਖਿਆ ਉਹਨੇ, ਮੈਨੂੰ ਸਬੂਤ ਉਹਨਾਂ ਦਾ ਵੀ ਮੇਰੇ ਕੋਲ ਹੈ ਨਹੀਂ, ਪਰ ਉਹ ਹੈਗੇ ਆ ਜੀ, ਸਫਾਈ ਮੈਂ ਆਪਣੀ ਕੋਰਟ 'ਚ ਦੇ ਸਕਦਾ ਜੀ। ਉਹ ਕੈਮਰੇ ਅੱਗੇ ਦੱਸ ਕੇ ਵੀ ਮੈਨੂੰ ਸਫਾਈ ਨਹੀਂ ਉਹਨੇ ਮਿਲਣੀ ਜੀ, ਮੇਰੇ ਤਾਂ ਸਾਰੇ ਇਲਜ਼ਾਮ ਤੁਸੀਂ ਮੇਰੇ 'ਤੇ ਗੈਰ ਕਾਨੂੰਨੀ ਸੰਬੰਧਾਂ ਦਾ ਵੀ ਉਹਨੇ ਵੀ ਇਲਜ਼ਾਮ ਲਾਇਆ ਜੀ, ਬਿਲਕੁਲ ਝੂਠਾ ਜੀ। ਮੈਥੋਂ ਜਿੱਥੇ ਮਰਜ਼ੀ ਇਹ ਸੌਂਹ ਪਵਾ ਸਕਦੇ ਆ ਜੀ, ਜਿੱਥੇ ਮਰਜ਼ੀ ਜੀ। ਬਾਕੀ ਉਹ ਮੈਡੀਕਲ ਦੇ ਵਿੱਚ ਰਿਪੋਰਟ ਦੇ ਵਿੱਚ ਸਾਰਾ ਕੁਝ ਸੱਚ ਸਾਫ਼ ਸਰ, ਇਹ ਸਰ ਹੁਣ ਮੈਥੋਂ ਗਲਤੀ ਹੋਈ ਆ ਜੀ, ਪਰ ਘੁਮਾਇਆ ਨਹੀਂ ਸਰ, ਗਲਤੀ ਉਹ ਗੁੱਸੇ 'ਚ ਹੋਈ ਆ ਜੀ, ਘੁਮਾਇਆ ਨਹੀਂ ਮੈਂ ਜੀ। ਉਹ ਮੈਂ ਘਰੇ ਹੀ ਸੀਗਾ ਜੀ, ਵਾਲ ਉਹਨੇ ਆਪ ਹੀ ਪਹਿਲਾਂ ਕੱਟੇ ਸੀ ਲੜਕੀ ਦੇ ਹੀ ਵਾਲ ਕੱਟੇ ਹੋਏ। ਲੜਕੀ ਪਹਿਲਾਂ ਮੇਰੀ ਕਾਲ ਅਕੈਡਮੀ 'ਚ ਪੜ੍ਹਦੀ ਸੀਗੀ, ਉਸ ਤੋਂ ਬਾਅਦ ਲੜਕੀ ਦੇ ਵਾਲ ਉਹਨੇ ਕਟਵਾ ਕੇ ਉਹਨੂੰ ਐਸ ਕੇ ਸਕੂਲ 'ਚ ਲਾਇਆ ਜੀ। ਉਸ ਤੋਂ ਬਾਅਦ ਉਹ ਆਪ ਵੀ ਲੜਕੀ ਮੈਨੂੰ ਆਉਂਦੀ, ਇੰਨੀ 'ਚ ਮੈਂ ਪਟੇ ਰੱਖਣੇ ਛੋਟੇ ਕਰਨੇ ਆ ਸਰ। ਮੈਂ ਨਹੀਂ ਪਿੰਡ 'ਚ ਘੁਮਾਇਆ ਜੀ, ਉਹ ਆਪ ਹੀ ਪਿੰਡ 'ਚ ਭੱਜ ਕੇ ਗਲਤੀ ਮੇਰੇ ਤੋਂ ਹੋਈ ਆ ਵੀ ਸਰ ਉਹ ਬਾਹਰ ਨਿਕਲ ਗਈ ਘਰੋਂ ਜੀ, ਮੈਂ ਨਹੀਂ ਹੋਣੀ ਚਾਹੀਦਾ ਜੀ ਆਈ ਜਸਵੀਰ ਕੌਰ ਦਾ ਬਿਆਨ ਲਿਖ ਕੇ ਉਹਦੇ ਹਸਬੈਂਡ ਦੇ ਖਿਲਾਫ ਅਸੀਂ ਕੇਸ ਰਜਿਸਟਰ ਕੀਤਾ ਸੀ ਅਤੇ ਉਸ ਤੋਂ ਬਾਅਦ ਉਹਦੀ ਭਾਲ ਕੀਤੀ ਜਾ ਰਹੀ ਸੀਗੀ, ਉਹ ਸਾਨੂੰ ਨਹੀਂ ਸੀ ਮਿਲਿਆ। ਅੱਜ ਸਵੇਰੇ ਸਾਨੂੰ ਉਹ ਸਾਨੂੰ ਪਤਾ ਲੱਗਣ 'ਤੇ ਵੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਅਸੀਂ ਉਹਨੂੰ ਗ੍ਰਿਫਤਾਰ ਕੀਤਾ ਅਤੇ ਉਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ, ਉਹਦਾ ਰਿਮਾਂਡ ਹਾਸਲ ਕਰਕੇ ਜਿਹੜਾ ਅਸੀਂ ਉਹਦੀ ਇਸ ਕੇਸ ਦੀ ਤਹਿ ਤੱਕ ਜਾਵਾਂਗੇ। ਜਸਵੀਰ ਕੌਰ ਵੱਲੋਂ ਆਰੋਪ ਇਹ ਲਗਾਏ ਗਏ ਸੀ ਵੀ ਜਿਹੜਾ ਮੇਰਾ ਪਤੀ ਆ ਉਹ ਮੈਨੂੰ ਤੰਗ ਪਰੇਸ਼ਾਨ ਕਰਦਾ, ਕੁੱਟਦਾ ਮਾਰਦਾ ਅਤੇ ਉਹ ਮੇਰੇ ਨਾਲ ਜਿਹੜਾ ਗੈਰ ਕੁਦਰਤੀ ਸੰਭੋਗ ਕਰਦਾ। ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ 'ਚ ਪੇਸ਼ ਕਰ ਰਹੇ ਹਾਂ, ਉਹਦਾ ਪੁਲਿਸ ਰਿਮਾਂਡ ਹਾਸਲ ਕਰਨਾ, ਪੁਲਿਸ ਰਿਮਾਂਡ ਹਾਸਲ ਕਰਕੇ ਅਤੇ ਜਿਹੜਾ ਇਸ ਕੇਸ ਦੇ ਪੂਰੇ ਵੇਰਵੇ ਜਿਹੜੇ ਉਹ ਇਕੱਠੇ ਕੀਤੇ ਆ। ਨਹੀਂ, ਸਾਡਾ ਪੁਲਿਸ ਕਾਂਸਟੇਬਲ ਸੀਗਾ, ਇਹ ਸਸਪੈਂਡ ਹੈ ਜੀ। ਰੋਟੀ ਨਹੀਂ ਫੜਾਉਂਦੀ ਅਤੇ ਚਾਹ ਨਹੀਂ ਫੜਾਉਂਦੀ ਅਤੇ ਤੁਹਾਨੂੰ ਕੰਮ ਧੰਦੇ ਨਹੀਂ ਲੱਗਦੀ, ਅੱਖ ਨਹੀਂ ਲੱਗਦੀ, ਇਹਦੇ ਅੱਖ ਵੀ ਲੱਗਦੀ ਆ ਵੀ ਇਹਦੇ ਪੇਟ 'ਚ ਬੁੱਢੀ ਆ ਅਤੇ ਅਸੀਂ ਉਹਦੀ ਸਫਾਈ ਕਰਵਾਉਂਦੇ, ਸਫਾਈ ਨਹੀਂ ਕਰਵਾਉਂਦੇ। ਮੈਂ ਕਿਹਾ ਜੀ ਬਾਈ ਜੀ ਇਹ ਕੰਮ 'ਚ ਅਸੀਂ ਇਤਰਾਜ਼ ਕਰਦੇ ਹਾਂ, ਅਸੀਂ ਤੁਹਾਡੇ 'ਤੇ ਕੇਸ ਕਰਾਂਗੇ। ਹੁਣ ਜੀ ਇਹਨੂੰ ਆ ਕੁੱਟਿਆ ਮਾਰਿਆ, ਬੰਨ ਕੇ ਕੁੱਟਦੇ ਮੂੰਹ 'ਚ ਜਰਾਬਾਂ ਤੁੰਨ ਕੇ, ਉਦੋਂ ਤੋਂ ਕੰਮ ਤਾਂ ਕੁੜੀ ਤੋਂ ਹੀ ਚੱਲਿਆ ਜੀ, ਉਦੋਂ ਤੋਂ ਹੀ, ਉਦੋਂ ਪਹਿਲਾਂ ਵੀ ਸਾਡਾ ਕੇਸ ਚੱਲਦਾ ਸੀ। ਘਟਨਾ ਹੋਈ ਹੈ ਮੇਰੇ 29 ਤਰੀਕ ਨੂੰ, 11ਵੇਂ ਮਹੀਨੇ ਦੀ, ਵਾਲ ਕੱਟ ਕੇ ਮੂੰਹ ਸਿਰ ਕਾਲਾ ਕਰਕੇ ਪਿੰਡ ਦੇ ਵਿੱਚ ਮੇਰੇ ਘਰ ਵਾਲੇ ਨੇ ਗੇੜੇ ਕਢਾਏ ਆ, ਗਿੱਟਿਆਂ ਦੇ ਸੁੱਟੀਆਂ ਮਾਰ ਕੇ ਕਹਿੰਦੇ ਤੇਰੇ ਕਿਸੇ ਹੋਰ ਬੰਦੇ ਨਾਲ ਸੰਬੰਧ ਆ। ਮੈਂ ਕਿਹਾ ਵੀ ਮੈਨੂੰ ਸਬੂਤ ਕਰ ਦੇ ਜੇ ਮੈਂ ਕਿ ਹੋਰ ਕਿਸੇ ਬੰਦੇ ਨਾਲ ਸੰਬੰਧ ਆ, ਤਾਂ ਸਰ ਕਹਿੰਦੇ ਸਬੂਤ ਤਾਂ ਹੈ ਨਹੀਂ। ਕਹਿੰਦੇ ਮੇਰੀ ਬੇਟੀ ਨੇ ਵੀ ਇਹੀ ਆਖਿਆ ਵੀ ਅਸੀਂ ਸਬੂਤ ਲੈਣਾ ਸਰ। ਉਹਨੇ ਵਾਲ ਕੱਟ ਕੇ ਪਿੰਡ ਦੇ ਵਿੱਚ ਗੇੜੇ ਕੱਢੇ ਆ। ਇੰਦਰਜੀਤ ਸਿੰਘ ਜੀ ਉਸ ਵਿੱਚ ਤਾਇਨਾਤ ਇੱਥੇ ਮੋਗੇ ਜ਼ਿਲ੍ਹੇ 'ਚ ਜੀ, ਕਾਂਸਟੇਬਲ ਆ ਸਰ। ਕਹਿੰਦੇ ਹਨ ਕਿ ਬੁਰੇ ਕੰਮ ਦਾ ਨਤੀਜਾ ਬੁਰਾ ਹੀ ਹੁੰਦਾ ਹੈ। ਹੁਣ ਇਸ ਦੀ ਨੌਕਰੀ ਵੀ ਖਤਰੇ 'ਚ ਹੈ ਤੇ ਇਸ ਨੂੰ ਜੇਲ੍ਹ ਵੀ ਭੁਗਤਣੀ ਪੈਣੀ ਹੈ। ਬਾਕੀ ਸਾਰਾ ਕੁਝ ਨਿਰਭਰ ਕਰੇਗਾ ਪੁਲਿਸ ਅਧਿਕਾਰੀਆਂ ਤੇ ਕਿ ਉਹ ਕਿੰਨੀ ਕੁ ਇਮਾਨਦਾਰੀ ਨਾਲ ਇਸ ਦੀ ਜਾਂਚ ਕਰਦੇ ਨੇ।